ਵਿਦੇਸ਼ ਦੇ ਦਰਸ਼ਕਾਂ ਨੂੰ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਵੱਲੋਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਅੱਜ ਅਸੀਂ ਇੱਥੇ ਡੀਸੀ ਆਫਿਸ ਤੇ ਸੀਪੀ ਆਫਿਸ ਲੁਧਿਆਣਾ ਖੜੇ ਆਂ ਔਰ ਇੱਥੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਗਠਜੋੜ ਜਿਹੜਾ ਹੋਇਆ ਉਸ ਗਠਜੋੜ ਵੱਲੋਂ ਅੱਜ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਸੰਬੰਧਤ ਆ ਰਵਨੀਤ ਬਿੱਟੂ ਜਿਹੜਾ ਕਿ ਬਿਆਨਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਉਹਦਾ ਪੋਤਰਾ ਆ ਉਸ ਵੱਲੋਂ ਇੱਕ ਬਹੁਤ ਘਟੀਆ ਨਖਿੱਧ ਬਿਆਨ ਦਿੱਤਾ ਗਿਆ ਜਿਹੜਾ ਕਿ ਜਦੋਂ ਅਕਾਲੀ ਦਲ ਬਸਪਾ ਗੱਠਜੋੜ ਹੋਇਆ ਉਸ ਗੱਠਜੋੜ ਦੇ ਵਿੱਚ ਦੋ ਸੀਟਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਉਹ ਭੋਜਨ ਸਮਾਜ ਪਾਰਟੀ ਦੇ ਹਿੱਸੇ ਵਿੱਚ ਆਈਆਂ ਨੇ ਜਦੋਂ ਇਹ ਹਿੱਸੇ ਚ ਆਈਆਂ ਹੋਈਆਂ ਸੀਟਾਂ ਦਾ ਪਤਾ ਲੱਗਿਆ ਤਾਂ ਪਰਸੋਂ ਆਪਦੇ ਫੇਸ ਆਫੀਸ਼ੀਅਲ ਫੇਸਬੁੱਕ ਪੇਜ ਦੇ ਉਤੋਂ ਲਾਈਵ ਹੋ ਕੇ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਜਿਹਦੇ ਨਾਲ ਦੇਸ਼ ਵਿਦੇਸ਼ ਦੇ ਸਿੱਖਾਂ ਦੇ ਤੇ ਬਹੁਜਨ ਸਮਾਜ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਗਏ ਉਸ ਘਟੀਆ ਬੰਦੇ ਨੇ ਇਹ ਬਿਆਨ ਦਿੱਤਾ ਕਿ ਪੰਥਕ ਕਹਾਉਣ ਵਾਲੀ ਅਕਾਲੀ ਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਤੇ ਚਮਕੌਰ ਸਾਹਿਬ ਜਿਹੜੀਆਂ ਕਿ ਬਹੁਤ ਹੀ ਪਵਿੱਤਰ ਸੀਟਾਂ ਨੇ ਉਹਨਾਂ ਸੀਟਾਂ ਨੂੰ ਉਹਨਾਂ ਨੇ ਬੀਐਸਪੀ ਨੂੰ ਦੇ ਦਿੱਤਾ ਔਰ ਇੱਕ ਤਾਂ ਸ਼ਬਦਾਂ ਦੀ ਗੱਲ ਸੀ ਕਹਿਣ ਦਾ ਮਤਲਬ ਮੂੰਹ ਤੋਂ ਨਿਕਲੇ ਹੋਏ ਸ਼ਬਦਾਂ ਦਾ ਪਰ ਨਾਲ ਹੀ ਜਿਹੜੇ ਉਹਦੇ ਹਾਫ-ਭਾਫ ਸੀ ਉਹ ਹਾਫ-ਭਾਫ ਦੱਸਦੇ ਸੀ ਕਿ ਉਹ ਇਸ ਤਰੀਕੇ ਨਾਲ ਇਹ ਗੱਲ ਕਰ ਰਿਹਾ ਕਿ ਜਿਵੇਂ BSP ਬਹੁਤ ਘਟੀਆ ਅਛੂਤਾਂ ਦੀ ਤੇ ਭਿੱਟੇ ਹੋਏ ਲੋਕਾਂ ਦੀ ਪਾਰਟੀ ਹੋਵੇ ਤੇ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਸੀਟਾਂ ਇਹਨਾਂ ਨੂੰ ਦੇ ਕੇ ਇਹਨਾਂ ਨੇ ਉਹ ਸੀਟਾਂ ਵੀ ਭਿੱਟ ਦਿੱਤੀਆਂ ਨੇ ਜਾਂ ਪਵਿੱਤਰ ਕਰ ਦਿੱਤੀਆਂ ਨੇ ਇਹ ਰਵਨੀਤ ਬਿੱਟੂ ਨੂੰ ਦੱਸ ਦੇਣਾ ਚਾਹਣਾ ਕਿ ਜਿਹੜਾ ਤੁਹਾਡਾ ਇਤਿਹਾਸ ਆ ਨਾ ਜਿਆਦਾ ਲੰਬਾ ਨਾ ਜਾ ਸਿਰਫ ਆਪਦੇ ਪਿਓ ਤੋਂ ਆਪਦੇ ਪਿਓ ਪਿਓ ਦੇ ਪਿਓ ਤੱਕ ਚਲੇ ਜਾ ਉਸ ਉਸ ਇਨਸਾਨ ਨੇ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਕਹਾਣ ਕੀਤਾ ਪੰਜਾਬ ਦੇ ਲੋਕਾਂ ਦਾ ਕਹਾਣ ਕੀਤਾ ਉਹ ਕਿਸੇ ਨੂੰ ਭੁੱਲਿਆ ਨਹੀਂ ਹੈਗਾ ਔਰ ਅਗਲੀ ਗੱਲ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਔਰ ਉਹ ਹਮਲਾ ਕਰਾਉਣ ਦੇ ਵਿੱਚ ਕਿਹੜੀ ਪਾਰਟੀ ਦੇ ਹੱਥ ਸੀਗਾ ਉਹ ਤੇਰੇ ਹੀ ਪਿਓ ਦਾਦੇ ਤੇ ਪਰਦਾਦੇ ਤੇ ਉਹਨਾਂ ਦੇ ਵੀ ਪਿਓ ਜਿਹਨੂੰ ਤੁਸੀਂ ਬਾਪੂ ਕਹਿੰਦੇ ਹੋ ਮੋਹਨਦਾਸ ਕਰਮਚੰਦ ਗਾਂਧੀ ਉਹਨਾਂ ਦੀ ਪਾਰਟੀ ਦਾ ਹੀ ਹੱਥ ਸੀ ਤੂੰ ਇੱਕ ਚੀਜ਼ਾਂ ਕਿਵੇਂ ਭੁੱਲ ਗਿਆ ਕਿ ਅਕਾਲ ਤਖਤ ਦਰਬਾਰ ਸਾਹਿਬ ਤੇ ਉਸ ਤੋਂ ਇਲਾਵਾ 1984 ਵਿੱਚ 37 ਹੋਰ ਗੁਰੂ ਘਰਾਂ ਸਮੇਤ ਜਿਹੜਾ ਕੁਝ ਉੱਥੇ ਸਿੱਖੀ ਦਾ ਘਾਣ ਹੋਇਆ ਤੇ ਜਿਹੜਾ ਸਿੱਖ ਧਰਮ ਦਾ ਘਾਣ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਘਾਣ ਹੋਇਆ ਉਹ ਪਵਿੱਤਰ ਤਾਂ ਭੰਗ ਨਹੀਂ ਹੋਈ ਉਦੋਂ ਉਹ অপਵਿੱਤਰ ਨਹੀਂ ਹੋਏ ਅੱਜ ਤੂੰ ਕਹਿ ਰਿਆਂ ਕਿ ਸੀਟਾਂ ਦੋ ਅਨੰਤਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਬੀਐਸਪੀ ਨੂੰ ਦੇਣ ਨਾਲ ਇਹ ਸੀਟਾਂ ਪਵਿੱਤਰ ਹੋ ਗਈਆਂ ਘਟਿਆ ਸੋਚ ਤੇ ਘਟਿਆ ਮਾਨਸਿਕਤਾ ਜਿਹੜਾ ਮੁਜ਼ਾਹਰਾ ਤੁਸੀਂ ਕਰਦੇ ਆ ਰਹੇ ਹੋ ਨਾ ਇਹ ਅਸਲ ਵਿੱਚ ਤੇਰਾ ਕਸੂਰ ਨਹੀਂ ਹੈ ਤੁਹਾਡੇ ਖੂਨ ਵਿੱਚ ਆ ਇਹ ਖੂਨ ਵਿੱਚ ਉਦੋਂ ਤੋਂ ਆ ਜਦੋਂ ਤੁਹਾਡੇ 모ਹਨਦਾਸ ਕਰਮਚੰਦ ਗਾਂਧੀ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਤੋਂ ਦੋਰੀ ਵੋਟ ਦਾ ਅਧਿਕਾਰ ਛਲਕ ਕਪਟ ਨਾਲ ਧੋਖਾ ਕਰਕੇ ਮਰਨ ਵਰਤ ਰੱਖ ਕੇ ਖੋਇਆ ਸੀ ਔਰ ਸਾਡਾ ਐਡਾ ਤਕੜਾ ਬਹੁਜਨ ਸਮਾਜ ਦਾ ਇਸ ਦੇਸ਼ ਦੇ ਐਸਸੀ ਭਾਈਚਾਰੇ ਦਾ ਦਲਿਤ ਭਾਈਚਾਰੇ ਦਾ ਐਡਾ ਵੱਡਾ ਹੱਕ ਮਾਰ ਲਿਆ ਸੀ ਉਸੇ ਚੀਜ਼ੋں سے ਲੀਨ ਹੋ ਕੇ ਤੋੜਦਾ ਹੋਇਆ ਤੇ ਤੇਰੀ ਮਾਨਸਿਕਤਾ ਨੂੰ ਦਿਖਾਉਂਦਾ ਹੋਇਆ ਤੂੰ ਇਹ ਗੱਲ ਕੀਤੀ ਆ ਕਿ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਦੀ ਅਪਵਿੱਤਰ ਸੀ ਪਵਿੱਤਰ ਸੀਟਾਂ ਨੂੰ ਅਪਵਿੱਤਰ ਕਰ ਦਿੱਤਾ ਮੈਂ ਦੱਸਣਾ ਚਾਹੁੰਨਾ ਕਿ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਵਿੱਚ ਜੇ ਸਿੱਖ ਧਰਮ ਦੀ ਜਾਣਕਾਰੀ ਨਹੀਂ ਹੈ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਥੋੜਾ ਜਿਹਾ ਮਤ ਨੂੰ ਹੱਥ ਮਾਰ ਆਪਦੇ ਨੇੜੇ ਤੜੇ ਕਿਸੇ ਸਿੱਖ ਸਕਾਲਰ ਨੂੰ ਬਿਠਾ ਤੇ ਉਸ ਤੋਂ ਪੁੱਛ ਜਾਣਕਾਰੀ ਹਾਸਲ ਕਰ ਸਿੱਖ ਇਤਿਹਾਸਕਾਰ ਤੋਂ ਕਿ ਭਾਈ ਅਨੰਤਪੁਰ ਸਾਹਿਬ ਦਾ ਤੇ ਚਮਕੌਰ ਸਾਹਿਬ ਦਾ ਇਤਿਹਾਸ ਕੀਆ ਜਿਹੜੇ 40 42 ਸਿੰਘ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਨੇ ਤੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਰਿਵਾਰ ਵਿਛੋੜਾ ਹੋਇਆ ਜਾਂ ਜਦੋਂ ਮੁਗਲਾਂ ਨਾਲ ਰਲ ਕੇ ਜਿਹੜੇ ਪਹਾੜੀ ਰਾਜਿਆਂ ਨੇ ਹਮਲੇ ਕੀਤੇ ਨੇ ਉਸ ਮੌਕੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਵਿੱਚੋਂ 99% ਸ਼ਹੀਦ ਇਹ ਸੇ ਦਲਿਤ ਸਮਾਜ ਤੋਂ ਸੀ ਜਿਨ੍ਹਾਂ ਦੀ ਪਾਰਟੀ ਨੂੰ ਤੂੰ ਨਖੇਦ ਦੱਸ ਰਿਹਾ ਜਦੋਂ ਦਾ ਤੂੰ ਇਹ ਗੱਲ ਕਹੀ ਆ 4 ਦਿਨ ਪਹਿਲਾਂ ਮੁੜ ਕੇ ਜਿਹੜੀ ਤੇਰੀ ਕੁੱਤੇਖਾਣੀ ਦੁਨੀਆ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਕੱਲ ਤੈਨੂੰ ਸਪਸ਼ਟੀਕਰਨ ਦੇਣਾ ਪਿਆ ਵੀਡੀਓ ਬਣਾ ਕੇ ਔਰ ਉਸ ਸਪਸ਼ਟੀਕਰਨ ਦੇ ਵਿੱਚ ਤੂੰ ਇਹ ਗੱਲ ਹੋਰ ਕਹੀ ਆ ਕਿਉਂਕਿ ਦੋ ਝੂਠ ਥੋੜੇ ਅਜ ਤੱਕ ਚੱਲੇ ਆ ਰਹੇ ਸੀ ਅੱਜ ਤੱਕ ਬਹੁਜਨ ਸਮਾਜ ਪਾਰਟੀ ਨੂੰ ਇਹਨਾਂ ਨੇ 1984 ਤੋਂ ਜਦੋਂ ਤੋਂ ਹੋਂਦ ਵਿੱਚ ਆਈ ਆ ਤਾਂ BSP ਨੂੰ ਇਹਨਾਂ ਨੇ ਇੱਕ ਖਾਸ ਤਬਕੇ ਖਾਸ ਜਾਤ ਨਾਲ ਮਿਲਾ ਕੇ ਇਹ ਸਿੱਧ ਕੀਤਾ ਸੀ ਕਿ ਇਹ ਸਿਰਫ ਇੱਕ ਛੋਟੀ ਜਾਤ ਵਾਲੇ ਲੋਕਾਂ ਦੀ ਪਾਰਟੀ ਆ ਤੇ ਅੱਜ ਇਹੀ ਰਵਨੀਤ ਬਿੱਟੂ ਇਹ ਗੱਲ ਕਰ ਰਿਹਾ ਕਿ BSP ਮਤਲਬ ਐਸੀ ਸਮਾਜ ਨਹੀਂ ਆ BSP ਦਾ ਮਤਲਬ ਰਾਜਨੀਤਿਕ ਪਾਰਟੀ ਆ ਔਰ ਇਹਦੇ ਵਿੱਚ ਸਾਰੇ ਸਮਾਜ ਨੇ ਇਹ ਗੱਲ ਇਹਨੇ ਕੱਲ ਦੀ ਵੀਡੀਓ ਵਿੱਚ ਕੀਤੀ ਆ ਜਿਹੜਾ ਕਿ ਇਹਨੇ ਸਪਸ਼ਟੀ ਕਰਨ ਦੇ ਤੌਰ ਤੇ ਉੱਤੇ ਇਹ ਵੀਡੀਓ ਪਾਈ ਆ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਵੱਲੋਂ ਪੂਰੇ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਇਸ ਨਖਿੱਧ ਐਮਪੀ ਲੁਧਿਆਣਾ ਦੀਆਂ ਥਾਂ ਥਾਂ ਦੇ ਉੱਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਔਰ ਨਾਲ ਹੀ ਇੱਕ ਕੰਪਲੇਂਟ ਦਿੱਤੀ ਗਈ ਆ ਐਸਐਸਪੀਜ਼ ਨੂੰ ਤੇ ਕਮਿਸ਼ਨਰ ਪੁਲਿਸ ਨੂੰ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਦੇ ਖਿਲਾਫ ਜਲਦ ਤੋਂ ਜਲਦ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਅਨ ਦਰਸ਼ਕੋ ਇੱਥੇ ਥੋੜੀ ਜੀ ਗੱਲ ਮੈਂ ਹੋਰ ਜੋੜ ਦੇਣੀ ਚਾਹਨਾ ਕਿ ਜਿਹੜੀ ਗੱਲ ਰਵਨੀਤ ਬਿੱਟੂ ਨੇ ਕੀਤੀ ਆ ਨਾ ਕਿ ਬਹੁਜਨ ਸਮਾਜ ਪਾਰਟੀ ਮਤਲਬ ਐਸੀ ਸਮਾਜ ਨਹੀਂ ਹੈ ਇਹ ਗੱਲ ਬਿਲਕੁਲ ਸੱਚ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਸਰਬ ਸਮਾਜ ਦੀ ਪਾਰਟੀ ਆ ਇਹ ਯੂਪੀ ਦੇ ਵਿੱਚ ਅਸੀਂ ਦੇਖ ਚੁੱਕੇ ਆ ਜਿੱਥੇ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਕਾਰ ਬਣੀ ਆ ਤਾਂ ਉਹਨਾਂ ਨੇ ਜਿਹੜੀਆਂ ਸੀਟਾਂ ਦਿੱਤੀਆਂ ਨੇ ਐਮ ਐਲ ਏ ਬਣੇ ਨੇ ਜਾਂ ਐਮ ਪੀ ਬਣੇ ਨੇ ਉਹ ਕੱਲੇ ਦਲਿਤ ਸਮਾਜ ਤੋਂ ਨਹੀਂ ਬਣੇ ਹੈ ਜਨਰਲ ਕੈਟਾਗਰੀ ਵਿੱਚੋਂ ਹਰੇਕ ਤਰ੍ਹਾਂ ਦੀ ਕਾਸਟ ਵਿੱਚੋਂ ਐਮ ਐਲ ਏ ਬਣੇ ਨੇ ਔਰ ਭੋਜਨ ਸਮਾਜ ਪਾਰਟੀ ਦਾ ਇਹ ਨਾਰਾ ਰਿਹਾ ਜਿੱਥੇ ਜਿਹਦੀ ਸੰਖਿਆ ਭਾਰੀ ਉੰਨੀ ਉਹਦੀ ਹਿੱਸੇਦਾਰੀ ਔਰ ਇਹ ਚੀਜ਼ਾਂ ਸਹਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਭੋਜਨ ਸਮਾਜ ਪਾਰਟੀ ਨੇ ਇਹਨਾਂ ਨੂੰ ਧਰਤਲ ਤੇ ਲਾਗੂ ਵੀ ਕੀਤਾ ਔਰ ਜਿੱਥੇ ਦੂਸਰੇ ਪਾਸੇ ਕਾਂਗਰਸ ਇਹ ਗੱਲ ਕੀ ਕਰੀਏ ਜਿਹਦਾ ਕਿ ਇਹ ਫਰਜੰਦ ਜਿਹਦਾ ਵਾਰਸ ਇਹ ਰਵਨੀਤ ਬਿੱਟੂ ਅੱਜ ਘਟਿਆ ਬਿਆਨਬਾਜ਼ੀ ਕਰ ਰਿਹਾ ਉਹਦੇ ਇਤਿਹਾਸ ਤੋਂ ਥੋੜਾ ਜਿਹਾ ਮੈਂ ਤੁਹਾਨੂੰ ਵਾਕਿਫ ਕਰਾ ਲੈਣਾ ਚਾਹਣਾ ਕਿ ਜਿਹੜੀ ਜਾਤ ਧਰਮ ਔਰ ਕੱਟੜਤਾ ਦੀ ਰਾਜਨੀਤੀ ਅੱਜ ਇਸ ਦੇਸ਼ ਦੇ ਵਿੱਚ ਚੱਲ ਰਹੀ ਆ ਜਿਹਨੂੰ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਬਹੁਤ ਘਟੀਆ ਤਰੀਕੇ ਨਾਲ ਲਾਗੂ ਕਰ ਰਹੀ ਆ ਮੁਸਲਮਾਨਾਂ ਨੂੰ ਹਿੰਦੂਆਂ ਦੇ ਖਿਲਾਫ ਲੜਾ ਕੇ ਈਸਾਈਆਂ ਨੂੰ ਹਿੰਦੂਆਂ ਮੁਸਲਮਾਨਾਂ ਦੇ ਖਿਲਾਫ ਲੜਾ ਕੇ ਸਿੱਖਾਂ ਨੂੰ ਹਿੰਦੂਆਂ ਤੋਂ ਅਲੱਗ-ਥਲੱਗ ਕਰਕੇ ਔਰ ਉੱਚੀ ਜਾਤ ਵਾਲਿਆਂ ਨੂੰ ਨੀਵੀਂ ਜਾਤ ਵਾਲਿਆਂ ਨਾਲ ਲੜਾ ਕੇ ਕਿਤੇ ਧਾਰਾ 370 ਖਤਮ ਕੀਤੀ ਜਾ ਰਹੀ ਆ ਕਿਤੇ ਐਸਸੀਐਸਟੀ ਐਕਟ ਕਮਜ਼ੋਰ ਕੀਤਾ ਜਾ ਰਿਹਾ ਔਰ ਕਿਤੇ ਮੁਸਲਮਾਨਾਂ ਨੂੰ ਸੀਏ ਐਨਆਰਸੀ ਐਨਪੀਏ ਦੇ ਵਰਗੇ ਐਕਟ ਲਾਗੂ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਸਭ ਤੋਂ ਵੱਡੀ ਸੱਟ ਜਿਹੜੀ ਉਹਨਾਂ ਨੇ ਮਾਰੀ ਆ ਔਰ ਜਿਹੜਾ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਉਹਨਾਂ ਨੇ ਪ੍ਰਿੰਡਾਂ ਦੇ ਖਖਰ ਨੂੰ ਹੱਥ ਪਾ ਲਿਆ ਜਿਹੜੇ ਇਹ ਤਿੰਨ ਖੇਤੀ ਕਾਨੂੰਨ ਲਾਗੂ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਆਪਦੇ ਵਿਰੁੱਧ ਕਰਿਆ ਔਰ ਕਿਸਾਨਾਂ ਨੇ ਜਿਹੜੀ ਉਹਨਾਂ ਦੇ ਨਾਸੀ ਧੂਹਾਂ ਲੈ ਕੇ ਆਂਦਾ ਉਹ ਸਾਰੀ ਦੁਨੀਆ ਨੂੰ ਪਤਾ ਇਹ ਦੋਸਤੋ ਇਹ ਤਾਂ ਅਸੀਂ ਜਾਣਦੇ ਹਾਂ ਕਿ ਇਸ ਭਾਰਤੀ ਜਨਤਾ ਪਾਰਟੀ ਦੇ ਹਾਲਾਤ ਕੀ ਨੇ ਔਰ ਇਹ ਕਿਸ ਤਰੀਕੇ ਨਾਲ ਸਾਡਾ ਉਤਪੀੜਨ ਕਰ ਰਹੀ ਆ ਸਾਨੂੰ ਖਰਾਬ ਕਰ ਰਹੀ ਆ ਪਰ ਇਹਦੀ ਜਿਹੜੀ ਮਾਂ ਜਿਹੜੀ ਇਹਦੀ ਜਨਣੀ ਆ ਉਹ ਕਾਂਗਰਸ ਜਦੋਂ ਦਾ ਮੁੰダス ਕਰਮਚੰਦ ਗਾਂਧੀ 네ਹਰੂ ਤੇ ਇਹਨਾਂ ਦੀ ਹੋਰ ਬਾਕੀ ਸਾਰੀ ਟੀਮ ਉਹਨਾਂ ਨੇ ਇਸ ਦੇਸ਼ ਦੇ ਵਿੱਚ ਆਪਦੀ ਇਸ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਕੀਤੀ ਆ ਉਸ ਤੋਂ ਪਹਿਲਾਂ ਕਦੇ ਵੀ ਇਸ ਦੇਸ਼ ਦੇ ਵਿੱਚ ਜਦੋਂ ਮੁਗਲਾਂ ਦਾ ਰਾਜ ਸੀ ਜਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਇਸ ਦੇਸ਼ 'ਚ ਜਾਤ ਦੇ ਆਧਾਰਤ ਜਾਂ ਧਰਮ ਦੇ ਆਧਾਰਤ ਇੱਕ ਵੀ ਦੰਗਾ ਨਹੀਂ ਸੀ ਹੋਇਆ ਇਤਿਹਾਸ ਫੋਲ ਕੇ ਦੇਖ ਲਿਓ ਜਦੋਂ ਦੀ ਇਸ ਕਾਂਗਰਸ ਪਾਰਟੀ ਇਹ ਆਰਐਸਐਸ ਇਹ ਹੋਂਦ ਵਿੱਚ ਆਈ ਆ ਇਹਨਾਂ ਨੇ ਇਹ ਜਿਹੀਆਂ ਨੀਤੀਆਂ ਘੜੀਆਂ ਕਿਸ ਦੇਸ਼ ਦੇ ਵਿੱਚ ਜਾਤੀ ਆਧਾਰਿਤ ਦੰਗੇ ਹੋਣ ਲੱਗੇ ਇਸ ਦੇਸ਼ ਦੇ ਵਿੱਚ ਧਰਮ ਆਧਾਰਿਤ ਦੰਗੇ ਹੋਣ ਲੱਗੇ ਇਸ ਦੇਸ਼ ਦੇ ਵਿੱਚ ਖੇਤਰ ਆਧਾਰਿਤ ਦੰਗੇ ਹੋਣ ਲੱਗੇ ਔਰ ਇਹ ਸਾਰੀ ਜਿਹੜੀ ਕੱਟੜਵਾਦੀ ਮਾਨਸਿਕਤਾ ਇਹ ਸਾਰੀ ਇਸ ਕਾਂਗਰਸ ਪਾਰਟੀ ਦੀ ਦੇਣ ਆ ਔਰ ਅਸੀਂ ਜਿਹੜਾ ਇਹ ਭੋਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਅਲਾਈਅੰਸ ਹੁਣ ਹੋਇਆ ਇਹ ਇੱਕ ਬਿਲਕੁਲ ਕੁਦਰਤੀ ਅਲਾਈਅੰਸ ਆ ਕੁਦਰਤੀ ਗਠਜੋੜ ਆ ਔਰ ਮਨੁੱਖੀ ਹੱਕਾਂ ਦੀ ਖਾਤਰ ਇਸ ਦੇਸ਼ ਦੇ ਵਿੱਚ ਜਿਹੜਾ ਕਿ ਫੈਡਰਲ ਸਿਸਟਮ ਜਿਹੜਾ ਕਿ ਵੱਖ-ਵੱਖ ਰਾਜਾਂ ਨੂੰ ਪਿੱਤਰ ਵੱਧ ਅਧਿਕਾਰ ਹੋਣੇ ਚਾਹੀਦੇ ਨੇ ਉਹਨਾਂ ਨੂੰ ਆਪਦੇ ਰਿਸੋਰਸਸ ਦੇ ਮੁਤਾਬਕ ਜਿਹੜੇ ਟੈਕਸਸ ਦੇ ਵਿੱਚ ਹਿੱਸਾ ਹੋਣਾ ਚਾਹੀਦਾ ਇਹ ਉਹਨਾਂ ਦੇ ਅਲੰਬਰਦਾਰ ਗਠਜੋੜਾ ਉਹ ਮੈਂ ਇਹ ਦਾਅਵੇ ਨਾਲ ਇਸ ਕਰਕੇ ਕਹਿ ਰਿਹਾ ਕਿ ਕਿ ਅਕਾਲੀ ਦਲ ਹੀ ਹੈ ਜਿਨ੍ਹਾਂ ਨੇ ਆਪਦਾ ਚੋਣ ਮਨੋਰਥ ਪੱਤਰ ਆਨੰਦਪੁਰ ਸਾਹਿਬ ਦੇ ਮਤੇ ਦੇ ਰੂਪ ਵਿੱਚ ਲਾਗੂ ਕੀਤਾ ਸੀ ਲੈ ਕੇ ਆਂਦਾ ਸੀ ਔਰ ਆਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਵਿੱਚ ਥੋੜੀ ਜੀ ਮੈਂ ਗੱਲ ਕਰਦੇ ਆਂ ਗੱਲ ਲੰਬੀ ਹੋ ਰਹੀ ਆ ਪਰ ਗੱਲ ਇਹ ਆ ਕਿ ਇਸ ਇਤਿਹਾਸ ਤੋਂ ਵਕਫ ਹੋਣਾ ਬਹੁਤ ਜ਼ਰੂਰੀ ਆ ਜੇ ਅੱਜ ਅਕਾਲੀ ਦਲ ਤੇ ਭੋਜਨ ਸਮਾਜ ਪਾਰਟੀ ਦਾ ਗੱਠ ਜੋੜ ਹੋਇਆ ਇਹਦੇ ਪਿੱਛੇ ਦੀ ਕਹਾਣੀ ਜਿਹੜੀ ਇਹ ਆ ਕਿ ਜਦੋਂ ਅਨੰਤਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਉਸ ਮੌਕੇ ਇਹਦੇ ਵਿੱਚ ਇੱਕ ਖਾਸ ਪ੍ਰੋਵੀਜ਼ਨ ਰੱਖੀ ਗਈ ਸੀ ਕਿ ਜਿਹੜੀ ਜ਼ਮੀਨ ਸਰਕਾਰੀ ਆ ਜਾਂ ਜਿਹੜੀ ਜ਼ਮੀਨ ਪੰਚਾਇਤੀ ਆ ਉਹ ਰਹਾਇਸ਼ ਵਾਸਤੇ ਜਿਹਦੇ ਕੋਲ ਨਹੀਂ ਹੈ ਤਾਂ ਪਲਾਟ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਹੜੇ ਕਿਸਾਨ ਕੋਲੇ ਖੇਤੀ ਵਾਸਤੇ ਬਿਲਕੁਲ ਵੀ ਜ਼ਮੀਨ ਨਹੀਂ ਆ ਉਹਨਾਂ ਨੂੰ 5-5 ਏਕੜ ਖੇਤੀ ਵਾਸਤੇ ਇਹ ਜ਼ਮੀਨ ਦਿੱਤੀ ਜਾਏਗੀ ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੇ ਉੱਤੇ ਸਭ ਤੋਂ ਪਹਿਲਾ ਹੱਕ ਪੰਜਾਬ ਦਾ ਹੋਏਗਾ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਅਨੰਦ ਪ੍ਰਸਾਦ ਦਾ ਮਤਾ ਕਰਦਾ ਤੇ ਇਹ ਉਹੀ ਅਕਾਲੀ ਦਲ ਆ ਜਿਹਦੇ ਨਾਲ ਅੱਜ ਸਾਡੀ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਕੀਤਾ ਅਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਉਜਵਲ ਭਵਿੱਖ ਦੇ ਲਈ ਇਹ ਗੱਠਜੋੜ ਕੀਤਾ ਆ ਵਿਰੋਧੀਆਂ ਨੂੰ ਮੈਂ ਇਹ ਗੱਲ ਦੱਸ ਦੇਣਾ ਚਾਹਣਾ ਔਰ ਅਗਲੀ ਗੱਲ ਜਿਹੜੇ ਪਿਛਲੇ 4 ਦਿਨਾਂ ਤੋਂ ਇਹ ਪ੍ਰਚਾਰ ਕਰ ਰਹੇ ਨੇ ਕਿ 0+0 0 ਹੀ ਹੁੰਦੀ ਆ ਜੇ 0+0 0 ਹੀ ਆ ਤਾਂ ਤੁਹਾਨੂੰ ਕੀ ਨੁਕਸਾਨ ਆ ਅਸਲ ਵਿੱਚ ਇਸ 0+0 ਦੇ ਗੱਠਜੋੜ ਨੇ ਨਾ ਤੁਹਾਡੀ ਕੁਰਸੀ ਹਿੱਲਣ ਲਾਤੀ ਆ ਤੁਹਾਨੂੰ 2022 ਦੇ ਵਿੱਚ ਆਪਦੀ ਹਾਰ ਨਜ਼ਰ ਆ ਰਹੀ ਆ ਉਸ ਹਾਰ ਦੇ ਕਰਕੇ ਤੁਹਾਡੀ ਘਬਰਾਹਟ ਇਹ ਜਿਹੇ ਘਟਿਆ ਬਿਆਨਾ ਦੇ ਰੂਪ ਵਿੱਚ ਆ ਰਹੀ ਆ ਕਿਉਂਕਿ ਮੈਂ ਦੱਸ ਦੇਣਾ ਚਾਹੁੰਦਾ ਆ ਆਪਣੇ ਦਰਸ਼ਕਾਂ ਨੂੰ ਕਿ ਜਦੋਂ ਦਾ ਬਹੁਜਨ ਸਮਾਜ ਪਾਰਟੀ ਦੇ ਅਕਾਲੀ ਦਲ ਦਾ ਗੱਠਜੋੜ ਹੋਇਆ ਉਸ ਦਿਨ ਤੋਂ ਹੀ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹਨਾਂ ਤਿੰਨਾਂ ਦੇ ਟੌਪ ਲੀਡਰਸ਼ਿਪ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਬਿਆਨ ਦੇ ਚੁੱਕੇ ਨੇ ਔਰ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਨੇ ਕਿ ਇਹ ਜਿਹੜਾ ਗੱਠਜੋੜ ਆ ਇਹ ਨਾਪਾਕ ਆ ਔਰ ਆਈਟੀ ਸੈੱਲ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਘਟਿਆ ਪ੍ਰਚਾਰ ਕੀਤਾ ਗਿਆ ਕਿ ਜਿਹੜੀਆਂ 20 ਸੀਟਾਂ ਮਿਲੀਆਂ ਨੇ ਇਹਨਾਂ ਦੇ ਉੱਤੇ ਕੁਝ ਵੀ ਨਹੀਂ ਸੀ ਨਾ ਅਕਾਲੀ ਦਲ ਜਿੱਦਾ ਤੇ ਨਾ ਬੀਐਸਪੀ ਜਿੱਦੀ ਆ ਔਰ ਸਾਡੇ ਪਾਰਟੀ ਦੇ ਪ੍ਰਭਾਵਸ਼ਾਲੀ ਔਰ ਬਹੁਤ ਇੰਟੈਲੀਜੈਂਟ ਵਰਕਰਾਂ ਨੇ ਉਹ ਸਾਰਾ ਡਾਟਾ ਕੱਢ ਲਿਆਂਦਾ ਪਿਛਲੇ 5 10 15 ਸਾਲਾਂ ਦਾ ਐਮਐਲਏ ਕੰਸਟੀਟੂਐਂਸੀ ਵਾਈਜ਼ ਔਰ ਐਮਪੀ ਕੰਸਟੀਟੂਐਂਸੀ ਵਾਈਜ਼ ਇਹ 20 ਦੀਆਂ 20 ਸੀਟਾਂ ਭਾਜਨ ਸਮਾਜ ਪਾਰਟੀ ਜਿੱਤਦੀਆਂ ਔਰ ਮੈਂ ਦਬਨਾ ਕਹਿਣਾ ਇਹ 20 ਦੀਆਂ 20 ਸੀਟਾਂ ਭਾਜਨ ਸਮਾਜ ਪਾਰਟੀ ਜਿੱਤ ਕੇ ਔਰ 117 ਦੀਆਂ 117 ਗੱਠਜੋੜ ਜਿੱਤ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ 2022 ਦੇ ਵਿੱਚ ਹਰ ਹਾਲ ਵਿੱਚ ਬਣਾਏਗਾ